ਸਾਹਿਤ ਦੀ ਵਿਦਾ ਦੇ ਵਿੱਚ ਕੰਮ ਅਸੀਂ ਕਰਨ ਜਾ ਰਹੇ ਹਾਂ ਉਹ ਸਿਰਫ ਬੱਚਿਆਂ ਵਾਸਤੇ ਤੇ ਯੰਗ ਵਨਸ ਵਾਸਤੇ ਹੈ ਇਸ ਸੰਗਰੂਰ ਵਿਰਾਸਤੀ ਮੇਲੇ ਅਤੇ ਸਾਹਿਤਿਕ ਮੇਲੇ ਦੇ ਵਿੱਚ ਤੁਸੀਂ ਸਾਰੇ ਸਵੇਰ ਤੋਂ ਬੜੇ ਚੰਗੇ ਤਰੀਕੇ ਦੇ ਨਾਲ ਬੈਠ ਕੇ ਸੁਣ ਰਹੇ ਹੋ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਲੋਕਗੀਤ ਲੋਕਨਾਚ ਜਾਂ ਮੁਹਾਵਰੇ 부ਜਾਰਤਾ ਅਖਾਣ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਗੱਲਾਂ ਵੀ ਸ਼ਾਮਲ ਹੁੰਦੀਆਂ ਨੇ ਜਿਹੜੀਆਂ ਪਰਿਵਾਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਮ ਤੌਰ ਤੇ ਬਜ਼ੁਰਗ ਕਿਸੇ ਨੂੰ ਮੁਖਾਤਿਬ ਹੋਣ ਲਈ ਆਖਿਆ ਕਰਦੇ ਨੇ ਤਾਂ ਇਹ ਇੱਕ ਓਪਨ ਸੈਸ਼ਨ ਹੋਵੇਗਾ ਜਿਸ ਦੇ ਵਿੱਚ ਤੁਸੀਂ ਸਾਰੇ ਸ਼ਿਰਕਤ ਕਰ ਸਕੋਗੇ ਤੇ ਮੇਰੇ ਨਾਲ ਮੇਰੀ ਸਹਾਇਤਾ ਵਾਸਤੇ ਭੈਣ ਜੀ ਬੈਠੇ ਨੇ ਤੇ ਇੱਕ ਹੋਰ ਭੈਣ ਜੀ ਬੈਠੇ ਨੇ ਤੇ ਜਿਹੜੀਆਂ ਗੁਸਤਾਖੀਆਂ ਹੋਣਗੀਆਂ ਉਹਨਾਂ ਦੀ ਮਾਫੀ ਐਡਵਾਂਸ ਮੰਗ ਕੇ ਮੈਂ ਆਪਣੇ ਗੁਰੂ ਜੀ ਨੂੰ ਵੀ ਨਾਲ ਬਿਠਾਇਆ ਹੋਇਆ ਤਾਂ ਸਭ ਤੋਂ ਪਹਿਲਾਂ ਇਸ ਗੱਲ ਨਾਲ ਬਵਾਸਤਾ ਹੋਵਾਂਗੇ ਕਿ ਲੋਕਨਾਚ ਲੋਕਗੀਤ ਲੋਕ ਸੰਗੀਤ ਇਹ ਜਿਹੜਾ ਵਿਰਸਾ ਹੈ ਪੰਜਾਬ ਦੇ ਇਸ ਵਿਰਸੇ ਨੂੰ ਇਕੱਠਾ ਕਰਨ ਵਾਲਾ ਕੌਣ ਸੀ ਤੁਸੀਂ ਬਹੁਤ ਹੈਰਾਨ ਹੋਵੋਗੇ ਕਿ ਸੰਗਰੂਰ ਦਾ ਵਿਰਾਸਤੀ ਮੇਲਾ ਸੰਗਰੂਰ ਦਾ ਸਾਹਿਤਿਕ ਮੇਲਾ ਇੱਕ ਉਸ ਉੱਚ ਪਾਏ ਦਾ ਮੇਲਾ ਹੈ ਜਿਸ ਦੇ ਵਿੱਚ ਹਿੰਦੁਸਤਾਨ ਦੇ ਵੱਡੇ ਮੇਲੇ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਜੈਪੁਰ ਲਿਟਰੇਰੀ ਫੈਸਟੀਵਲ ਤੁਸੀਂ ਕਹਿ ਸਕਦੇ ਹੋ ਖੁਸ਼ਵੰਤ ਸਿੰਘ ਲਿਟਰੇਰੀ ਫੈਸਟੀਵਲ ਕਹਿ ਸਕਦੇ ਹੋ ਦੇਰਾਦੂੰਨ ਲਿਟਰੇਰੀ ਫੈਸਟੀਵਲ ਕਹਿ ਸਕਦੇ ਹੋ ਇਹ ਮੈਂ ਬਿਆਨ ਉਦੋਂ ਦੇ ਰਿਹਾ ਜਦੋਂ ਮੈਂ ਇਹ ਸਾਰੇ ਵੇਖ ਆਇਆ ਹਾਂ ਸਾਰਿਆਂ ਦੇ ਵਿੱਚ ਚਾਰ-ਚਾਰ ਪਾਰੀ ਪੰਜ-ਪੰਜ ਵਾਰੀ ਸ਼ਰਕਤਕਰ ਆਇਆ ਹਾਂ ਤਾਂ ਇਸ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਕਮੀ ਤਾਂ ਹੈ ਤਾਂ ਸਿਰਫ ਇੰਨੀ ਕਿ ਅਸੀਂ ਹਜੇ ਆਪਣੇ ਸਟੂਡੈਂਟਸ ਨੂੰ ਆਪਣੇ ਜਵਾਨਾਂ ਨੂੰ ਆਪਣੇ ਯੰਗ ਜਨਰੇਸ਼ਨ ਨੂੰ ਇਸ ਗੱਲ ਲਈ ਪ੍ਰੇਰਿਤ ਨਹੀਂ ਕਰ ਸਕੇ ਕਿ ਜੋ ਕੁਝ ਲਿਟਰੇਚਰ ਨੇ ਤੁਹਾਨੂੰ ਦੇਣਾ ਹੈ ਉਹ ਸ਼ਾਇਦ ਨੌਕਰੀ ਜਾਂ ਹੋਰ ਕੋਈ ਚੀਜ਼ ਨਹੀਂ ਦੇ ਸਕੇਗੀ ਤਾਂ ਇਹ ਪੰਜਾਬੀ ਲੋਕਨਾਚ ਲੋਕ ਸੰਗੀਤ ਤੇ ਲੋਕ ਗੀਤਾਂ ਨੂੰ ਯਾਦ ਕਰਦਿਆਂ ਸੰਗਰੂਰ ਦੇ ਵਿੱਚ ਹੀ ਇੱਕ ਆਦਮੀ ਅੱਜ ਤੋਂ ਉਸ ਕਰੀਬ 100 ਸਾਲ ਪਹਿਲਾਂ ਜਨਮ ਲਿਆ ਜਿਸ ਦਾ ਨਾਮ ਦਿਵਿੰਦਰ ਸਤਿਆਰਥੀ ਸੀ ਦਿਵਿੰਦਰ ਸਤਿਆਰਥੀ ਪਿੰਡ ਭਦੌੜ ਤਹਿਸੀਲ ਸੰਗਰੂਰ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ 1908 ਦਾ ਜੰਮ ਪਲ ਸ਼ਾਇਦ ਉਸ ਦੀਆਂ ਕਿਤਾਬਾਂ ਜਾਂ ਉਸ ਦੀਆਂ ਇਸ ਵੇਲੇ ਦੀਆਂ YouTube ਜਾਂ ਦੂਰਦਰਸ਼ਨ ਦੇ ਉੱਤੇ ਪਾਈਆਂ ਹੋਈਆਂ ਡਾਕੂਮੈਂਟਰੀਜ਼ ਤੁਹਾਨੂੰ ਇਹ ਦੱਸਣੀਆਂ ਕਿ ਉਸ ਸ਼ਖਸ ਨੇ ਪੰਜਾਬੀ ਅਤੇ हिंदुस्तानी लोकनाच लोकगीत ਲਈ ਕੀ ਕੀਤਾ ਸੀ ਬਹੁਤ ਸਾਰੇ ਸਾਲ ਪੰਜਾਬ ਦੇ ਵਿੱਚ ਲੋਕਗੀਤਾਂ ਤੇ ਲੋਕਨਾਚ ਦਾ ਕੰਮ ਕਰਨ ਤੋਂ ਬਾਅਦ ਉਹ ਗੁਰੂਦੇਵ ਟੈਗੋਰ ਰਵਿੰਦਰਨਾਥ ਟੈਗੋਰ ਦੇ ਕੋਲ ਸ਼ਾਂਤੀ ਨਿਕੇਤਨ ਦੇ ਵਿੱਚ ਚਲਾ ਗਿਆ ਤਾਂ ਉਥੇ ਦੀ ਇੱਕ ਪ੍ਰਥਾ ਸੀ ਕਿ ਗੁਰੂ ਰਵਿੰਦਰਨਾਥ ਜੀ ਕਿਸੇ ਨੂੰ ਆਪਣੇ ਚਰਨ ਸਪਰਸ਼ ਕਰਨ ਲਈ ਨਹੀਂ ਦਿੰਦੇ ਸਨ ਤਾਂ ਉਸ ਨੇ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਦੇ ਚਰਨ ਫੜ ਲਏ ਤੇ ਉਹਨਾਂ ਨੇ ਆਸ਼ੀਰਵਾਦਮ ਕਿਹਾ ਤੇ ਪੁੱਛਿਆ ਤੇ ਕੋ ਕੀ ਕਰਦਾ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਮੈਂ ਸਾਰੇ ਲੋਕ ਗੀਤ ਪੰਜਾਬ ਦੇ ਇਕੱਠੇ ਕਰਦਾ ਹਾਂ ਕਿ ਧਰਤੀ ਸਿਰਫ ਪੰਜਾਬ ਦੀ ਹੀ ਹੈ ਹੋਰ ਨਹੀਂ ਇਹ ਜਵਾਬ ਆਇਆ ਤਾਂ ਉਸ ਤੋਂ ਬਾਅਦ ਆਸ਼ੀਰਵਾਦਮ ਤੋਂ ਬਾਅਦ ਇਹ ਸ਼ੁਰੂ ਹੋ ਗਿਆ ਕਿ ਸਾਰੇ ਹਿੰਦੁਸਤਾਨ ਦੇ ਲੋਕ ਗੀਤ ਲੋਕ ਨਾਚ ਅਤੇ ਸਾਰਾ ਵਿਰਸਾ ਇਠਾ ਕਰਨ ਦੀ ਜ਼ਿੰਮੇਵਾਰੀ ਦਿਵਿੰਦਰ ਸਤਿਆਰਥੀ ਦੀ ਲੱਗ ਗਈ ਤੇ ਉਹ ਪਿੰਡ ਭਦੌੜ ਤਹਿਸੀਲ ਸੰਗਰੂਰ ਤੇ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ ਇਹ ਗੱਲ ਉਸੇ ਤਰ੍ਹਾਂ ਹੀ ਸੰਗਰੂਰ ਵਿਰਾਸਤੀ ਮੇਲੇ ਦੇ ਨਾਲ ਤੇ ਸੰਗਰੂਰ ਸਾਹਿਤਿਕ ਮੇਲੇ ਦੇ ਨਾਲ ਜੁੜਦੀ ਹੈ ਜਿਵੇਂ ਪਿਛਲੇ 5-7 ਸਾਲਾਂ ਤੋਂ ਅਸੀਂ ਇਹ ਸਾਰਾ ਇਹ ਕੰਮ ਇੱਥੇ ਸ਼ੁਰੂ ਕੀਤਾ ਤੇ ਇਸ ਤੇ ਸਾਰੇ ਆਰਗੇਨਾਈਜ਼ਰਜ਼ ਵਧਾਈ ਦੇ ਪਾਤਰ ਨੇ ਕਿ ਇੱਥੇ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਸਾਹਿਤਿਕ ਮੇਲੇ ਦੇ ਵਿੱਚ ਆਉਣ ਦਾ ਤੇ ਉਹਨੂੰ ਕਰਨ ਦਾ ਮੌਕਾ ਮਿਲਿਆ ਮੇਰੇ ਨਾਲ ਭੈਣ ਜੀ ਬੈਠੇ ਨੇ ਸੁਖਵਿੰਦਰ ਕੌਰ ਜੀ ਇਹਨਾਂ ਦਾ ਵਿਰਾਸਤੀ ਲੋਕਨਾਚ ਲੋਕਗੀਤਾ ਅਤੇ ਹੋਰ ਚੀਜ਼ਾਂ ਦੇ ਨਾਲ ਬਹੁਤ ਵੱਡਾ ਅਧਿਨ ਰਿਹਾ ਤੇ ਕੱਲ ਇਹਨਾਂ ਨੇ ਆਪਣੇ ਸੈਸ਼ਨ ਦੇ ਵਿੱਚ 부ਝਾਰਤਾ ਤੋਂ ਗੱਲ ਸ਼ੁਰੂ ਕੀਤੀ ਸੀ ਅੱਜ ਆਪਾਂ ਉਹੀ ਗੱਲਾਂ ਜਿਹੜੀਆਂ ਨੇ ਦੁਬਾਰਾ ਬੱਚਿਆਂ ਦੇ ਵਿੱਚ ਆਵਾਂਗਾ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆ ਜਾਓ ਤੁਹਾਡਾ ਲੋੜ ਹੈ ਚਲੋ ਭਾਈ ਇੱਕ ਬੁਝਾਰਤ ਤੋਂ ਸ਼ੁਰੂ ਕਰਦੇ ਆਂ ਤੇ ਤੁਸੀਂ ਦੱਸਿਆ ਜੇ ਜਦ ਮੈਂ ਕੁਆਰੀ ਸਾਂ ਮਾਰ ਮਾਰ ਸ਼ਿੰਗਾਰੀ ਸਾਂ ਤਾਂ ਮੈਂ ਜਾਣਾ ਤੈਨੂੰ ਜੇ ਵਿਆਹੀ ਨੂੰ ਮਾਰੇ ਮੈਨੂੰ ਬਰੁਣ ਹੱਟ ਜਾਂ ਵਿਦਿਆ ਤੁਸੀਂ ਕਦੇ ਘੜਾ ਬਣਾਉਂਦਿਆਂ ਜਾਂ ਸਰਾਹੀ ਬਣਾਉਂਦਿਆਂ ਘੁਮਿਆਰ ਨੂੰ ਵੇਖੇ ਉਹ ਕਹਿੰਦਾ ਮਿੱਟੀ ਜਦੋਂ ਕੁਆਰੀ ਸੀ ਜਦ ਮੈਂ ਕੁਆਰੀ ਸਾਂ ਮਾਰ ਮਾਰ ਸ਼ਿੰਗਾਰੀ ਸਾਂ ਤਾਂ ਮੈਂ ਜਾਣਾ ਤੈਨੂੰ ਜੀ ਵਿਆਹੀ ਨੂੰ ਮਾਰੇ ਮੈਨੂੰ ਜਦੋਂ ਘੜਾ ਬਣ ਜਾਂਦਾ ਸੁਰਾਈ ਬਣ ਜਾਂਦੀਏ ਕੋਈ ਉਹਨੂੰ ਠੋਕਰ ਮਾਰਦਾ ਏ ਇਹਦਾ ਹੈ ਸੁਰਾਈ ਹੈ ਘੜਾ ਹੈ ਕੁਝ ਕਹਿ ਸਕਦੇ ਹੋ ਤੁਸੀਂ ਮਿੱਟੀ ਦਾ ਭਾਂਡਾ ਹਰੀ થી ਮਨ ਭਰੀ થી ਲਾਲਾ ਜੀ ਕੇ ਖੇਤ ਮੇ ਦੁਸ਼ਾਲਾ ਓੜੇ ਖੜੀ ਥੀ ਚੱਲੀ ਇਹ ਬਹੁਤ ਸਾਰਿਆਂ ਨੂੰ ਪਤਾ ਸੀ ਮੈਂ ਇਸੇ ਕਰਕੇ ਹੀ ਕਿਹਾ ਸੀ ਵੀ ਕਿ ਤੁਸੀਂ ਧਿਆਨ ਕਰੋ ਥੋੜਾ ਜਿਹਾ ਨਿੱਕਾ ਜਿਹਾ ਭਾਈ ਭੰਮਾ ਆਪ ਉਹ ਛੋਟਾ ਦਾੜਾ ਲੰਮਾ ਸੁਈਤਾ ਕਾ ਠੀਕ ਮੈਂ ਇਸ ਤੋਂ ਇਹ ਚੀਜ਼ ਨੂੰ ਜ਼ਾਹਿਰ ਕਰਨਾ ਚਾਹੁੰਨਾ ਕਿ ਜਿਹੜੇ ਸਾਡੇ ਬਜ਼ੁਰਗ ਮਾਤਾ ਜੀ ਨਾਨੀ ਦਾਦੀ ਇੱਥੇ ਬੈਠੇ ਨੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਵੇ ਕਿ ਹੱਲੇ ਤੱਕ ਉਹਨਾਂ ਦੀਆਂ ਪਾਈਆਂ ਆਈਆਂ ਹੋਈਆਂ 부ਜਾਰਤਾਂ ਬੱਚਿਆਂ ਦੇ ਮਨ ਚੇਤੇ ਵਿੱਚ ਹੈ ਨੇ ਮੇਰੀ ਮਾਂ ਨੇ ਮੈਨੂੰ ਕਿਸੇ ਵੇਲੇ ਸੁਣਾਈਆਂ ਸੀ ਤੇ ਮੈਂ ਇਸ ਕਿਤਾਬ ਵਿੱਚ ਦਰਜ ਕੀਤੀਆਂ ਸੀ ਹੁਣ 부ਜਾਰਤ ਕੋਦੀ ਪਜ਼ਾਰਤਾਂ ਦੀ ਕਿਸਮ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਸ ਦਾ ਉੱਤਰ ਉਸ ਦੇ ਵਿੱਚ ਹੀ ਦਿੱਤਾ ਹੁੰਦਾ ਤੁਸੀਂ ਉਸ ਦੇ ਉੱਤਰ ਨੂੰ ਉਸ ਦੇ ਵਿੱਚ ਪੱਕੇ ਰੱਖੇ ਹੋਏ ਕਿਸੇ ਅੱਖਰ ਤੋਂ ਲੱਭਣਾ ਹੁੰਦਾ ਲੇਕਿਨ ਵਿੱਚ ਹੀ ਹੁੰਦਾ ਇੱਕ ਲੂ ਮੈਂ ਪਹਿਲਾਂ ਦੇ ਦਿੱਤਾ ਬੁਝਾਰਤ ਹਲੇ ਨਹੀਂ ਪਾਈ ਚੜ ਮੰਜੀ ਤੇ ਬਹਿੰਦੀ ਰਾਤੀ ਦਿਹਾੜੀ ਉੱਤੇ ਰਹਿੰਦੀ ਚੜ ਮੰਜੀ ਤੇ ਬਹਿੰਦੀ ਰਾਤੀ ਦਿਹਾੜੀ ਉੱਥੇ ਰਹਿੰਦੀ ਚੜ ਰਿਹਾ ਨਹੀਂ ਨਹੀਂ ਚੜ ਮੰਜੀ ਤੇ ਬਹਿੰਦੀ ਰਾਤੀ ਦਿਹਾੜੀ ਉੱਤੇ ਰਹਿੰਦੀ ਇਸ ਦੇ ਵਿੱਚ ਜਿਹੜਾ ਆਨਸਰ ਵਾਲਾ ਲਫ਼ਜ਼ ਹੈ ਉਹ ਬੋਲਿਆ ਜਾ ਚੁੱਕਿਆ ਹੈ ਚੜ ਖਟਮਲ ਇੱਕ ਬੋਲੀ ਦਾ ਲਫ਼ਜ਼ ਹੈ ਸੂਬਾ ਸਰਹੱਦ ਦੀ ਬੋਲੀ ਹੈ 라ਵਲਪਿੰਡੀ ਤੋਂ ਉਸ ਦਾ ਫਲਸਾ ਹੈ ਤੇ ਉੱਥੇ ਦੀ ਹੀ ਬੋਲੀ ਹੈ ਇਹ ਉਥੇ ਦੀ ਹੀ ਬੁਝਾਰਤ ਹੈ ਚੜ ਮੰਜੀਤੇ ਆਪਾਂ ਕਹਿੰਦੇ ਚੜਾਂ ਲੜਦੀਆਂ ਜਦੋਂ ਮੰਝੇ ਤੇ ਲੇਟਦੇ ਆਪਾਂ ਨੂੰ ਚੜਾਂ ਲੜਦੀਆਂ ਇੱਕ ਜਾਦੂਗਰ ਕਰੇ ਕਮਾਲ ਖਾਵੇ ਸਾਵਾ ਕੱਡੇ ਲਾਲ ਇੱਕ ਜਾਦੂਗਰ ਕਰੇ ਕਮਾਲ ਖਾਵੇ ਸਾਵਾ ਕੱਡੇ ਲਾਲ ਨਹੀਂ ਕਿਸੇ ਨੂੰ ਪਤਾ ਇਹ ਤਾਂ ਬੜੀ ਆਮ ਜੀ ਗੱਲ ਸੀਗੀ ਪਾਨ ਇੱਕ ਮਰਦ ਮੈਂ ਡਿੱਠਾ ਜਾਂਦਾ ਮੂੰਹ ਚੋਂ ਕੱਢੇ ਅੱਗ ਦਾ ਲੰਬਾ ਲੱਖਾਂ ਮਣੋਂ ਭਾਰ ਉਠਾਉਂਦਾ ਘੰਟੇ ਵਿੱਚ ਅੰਬਾਲੇ ਜਾਂਦਾ ਇੱਕ ਮਰਦ ਮੈਂ ਡਿੱਠਾ ਜਾਂਦਾ ਮੂੰਹੋਂ ਕੱਢੇ ਅੱਗ ਦਾ ਲੰਬਾ ਲੱਖਾਂ ਮਣੋਂ ਭਾਰ ਉਠਾਉਂਦਾ ਘੰਟੇ ਵਿੱਚ ਅੰਬਾਲੇ ਜਾਂਦਾ ਰੇਲ ਗੱਡੀ ਇੱਕ ਖਾਵੇ ਤੇ ਮਿੱਟੀ ਉਗਲੇ ਇੱਕ ਅੱਖੋਂ ਹੈ ਉਹ ਕਾਣੀ ਦੌੜੀ ਜਾਂਦੀ ਕਹਿੰਦੀ ਹੈ ਉਹ ਪਾਣੀ 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 ਇਹ ਵੀ ਰੇਲ ਗੱਡੀ ਹੈ ਅੜੀਆਂ 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 ਕੂਕਾ ਮਾਰ ਪਹਾੜੀ ਚੜੀਆਂ ਅੜੀਆਂ 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 ਕੂਕਾ ਮਾਰ ਪਹਾੜੀ ਚੜੀਆਂ हाँ भाई नहीं रेलगड्डी तो चली गई हूँ अंबाले पहुंच गई है यह बंदूक दी गोली चली जावे दिन ते रात जद जीवत सद हरी भरी भाइया हाथ बन 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 थक्या पर ना खड़ी एक ना घड़ी घड़ी ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੋਲੀਆਂ ਅਖਾਣ ਮੁਹਾਵਰੇ 부ਜਾਰਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਹੱਲੇ ਵੀ ਜਿਨ੍ਹਾਂ ਦਾ ਕੋਈ ਵੀ ਬਹੁਤ ਵੱਡਾ ਵਿਰਸੇ ਦੇ ਵਿੱਚ ਆਪਣਾ ਰੋਲ ਹੈ ਲੇਕਿਨ ਅਸੀਂ ਉਹਨੂੰ ਭੁੱਲਦੇ ਜਾਂਦੇ ਆ ਜਦੋਂ ਸਾਨੂੰ ਕਿਸੇ ਦੀ ਬੱਚੇ ਦੀ ਸ਼ਾਦੀ ਕਰਨੀ ਹੁੰਦੀ ਹੈ ਜਾਂ ਕੋਈ ਸ਼ਾਦੀ ਦੇਖਣੀ ਚਾਹੁੰਦੇ ਆ ਤਾਂ ਅਸੀਂ ਪੁਰਾਣੇ ਗੀਤਾਂ ਨਾਲ ਹੀ ਬავਅਸਤਾ ਕਿਉਂ ਹੁੰਨੇ ਆ ਉਹਨਾਂ ਰਵਾਜਾਂ ਦੇ ਨਾਲ ਹੀ ਬავਅਸਤਾ ਕਿਉਂ ਹੁੰਨੇ ਆ ਉਹ ਡਰੈਸੇਸ ਦੇ ਨਾਲ ਹੀ ਬავਅਸਤਾ ਕਿਉਂ ਹੁੰਨੇ ਆ ਉਹੀ ਸਾਨੂੰ ਚੰਗੀਆਂ ਕਿਉਂ ਲੱਗਦੀਆਂ ਨੇ ਉਹੀ ਸ਼ਰਾਰੇ ਉਹੀ ਗਰਾਰੇ ਉਹੀ ਸਾਰਾ ਕੁਝ ਕਿਉਂ ਚੰਗਾ ਲੱਗਦਾ ਇਹ ਬਈ ਇੱਕ ਇਸ ਗੱਲ ਦਾ ਇੱਕ ਗਵਾਹੀ ਦਿੰਦਾ ਕਿ ਸਾਨੂੰ ਪੁਰਾਣੇ ਜਿਹੜੇ ਵਿਰਸੇ ਦੇ ਸਾਰੀਆਂ ਚੀਜ਼ਾਂ ਨੇ ਉਹ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਕਿਸੇ ਤਰੀਕੇ ਜਾਂ ਕਿਸੇ ਕਾਰਨ ਕਰਕੇ ਅਸੀਂ ਨਵੇਂ ਫੈਸ਼ਨ ਦੇ ਦੌਰਾਨ ਉਹਨਾਂ ਨੂੰ ਛੱਡਦੇ ਜਾ ਰਹੇ ਹਾਂ ਭੁੱਲਦੇ ਜਾ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਹਰ ਵਿਰਸੇ ਦੇ ਜਾਂ ਵਿਰਾਸਤ ਦੇ ਮੇਲੇ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਫੌਕਸ ਨੂੰ ਲਿਆ ਜਾਵੇ ਤੇ ਦੱਸਿਆ ਜਾਵੇ ਤੇ ਹੁਣ ਕੁਝ ਬੋਲੀਆਂ ਦੇ ਲਈ ਜਿਹੜੀਆਂ ਤੁਸੀਂ ਰੋਜ਼ ਪਾਉਂਦੇ ਹੋ ਰੋਜ਼ ਕਰਦੇ ਹੋ ਉਹ ਕਿਵੇਂ ਇਕੱਠੀਆਂ ਕੀਤੀਆਂ ਗਈਆਂ ਕਿੱਥੋਂ ਆਈਆਂ ਤੇ ਪੰਜਾਬ ਦੇ ਕਿਹੜੇ ਵਿਰਸੇ ਦੇ ਵਿੱਚੋਂ ਦੀ ਉਹ ਗਈਆਂ ਇੱਥੇ ਪਹੁੰਚੀਆਂ ਤੇ ਤੁਸੀਂ ਉਹਨਾਂ ਨੂੰ ਰੋਜ਼ ਹਰਨਾਉਂਦੇ ਹੋ ਲੇਕਿਨ ਤੁਹਾਨੂੰ ਇਸ ਬਾਰੇ ਪਤਾ ਨਹੀਂ ਕਿ ਉਹ ਕਿੱਥੋਂ ਆਈਆਂ ਸੀ ਇਹਨਾਂ ਦਾ ਕੋਈ ਜਨਮਦਾਤਾ ਨਹੀਂ ਹੁੰਦਾ ਇਹ ਮੁਹਰਨੀਆਂ ਦੇ ਵਿੱਚੋਂ ਨਿਕਲਦੀਆਂ ਨੇ ਇਕ ਆਪਾਂ ਕਿ ਕਿਲੀ ਪਾਉਨੇ ਆ ਕਿ ਕਕਲੀ ਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿਟੇ ਮੂੰ ਜੋਾਈ ਦਾ ਗਈ ਸਾ ਮੈਂ ਗੰਗਾ ਚੜਾ ਲਿਆਈ ਵੰਗਾ ਅਸਮਾਨੀ ਮੇਰਾ ਘਗਰਾ ਮੈਂ ਇਸ ਕਿਲੀ ਟੰਗਾ ਜਾਂ ਉਸ ਕਿਲੀ ਟੰਗਾ ਕੀ ਇਹ ਸਾਰਾ ਤੁਸੀਂ ਸੁਣਿਆ ਹੋਇਆ ਪਹਿਲਾਂ ਕਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦੇ ਮayne ਕੀ ਨੇ ਫਿਰ ਦੱਸੋ ਆਜੋ ਨਹੀਂ ਭਾਈ ਮਾਈਕ ਦੇ ਗਲਤ ਠੀਕ ਦਾ ਨਿਰਣਾ ਤੁਸੀਂ ਨਹੀਂ ਕਰਨਾ ਤੁਸੀਂ ਬੇਝਾਕ ਬੋਲਣਾ ਹਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਆਪਾਂ ਕਿਕਲੀ ਪਾਉਂਦੇ ਨੇ ਜਿਹੜਾ ਕਿ ਇੱਕ ਆਮ ਬੱਚਿਆਂ ਦਾ ਖੇਡ ਵੀ ਹੈ ਨਾਚ ਵੀ ਹੈ ਤੇ ਜਵਾਨੀ ਵਾਲੇ ਬੱਚਿਆਂ ਦਾ ਹੀ ਹੈ ਆਪਾਂ ਜ਼ਰੂਰ ਪਾਉਨੇ ਆ ਤੇ ਗਿੱਧੇ ਦੀ ਇੱਕ ਆਈਟਮ ਵਜੋਂ ਕਿਕਲੀ ਕਬਾਕਾਇਦਾ ਨਿਭਾਈ ਜਾਂਦੀ ਹੈ ਹਰ ਸਟੇਜ ਤੇ ਨਿਭਾਈ ਜਾਂਦੀ ਹੈ ਗਿੱਦਾ ਤੇ ਭੰਗੜੇ ਦੇ ਵਿੱਚ ਦੱਸੋ ਬੇਟਾ ਕਿਕਲਿਕ ਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿਟੇ ਮੂੰ ਜਵਾਈ ਦਾ ਗਈ ਸਾ ਮੈਂ ਗੰਗਾ ਚੜਾ ਲਿਆਈ ਵੰਗਾ ਅਸਮਾਨੀ ਮੇਰਾ ਘਗਰਾ ਮੈਂ ਇਸ ਕਿਲੀ ਟੰਗਾ ਜਾਂ ਉਸ ਕਿਲੀ ਟੰਗਾ ਤਸੋ ਕਿਹੜੇ ਬੇਟਿਆਂ ਨੇ ਕੀਤਾ ਸੀਗਾ ਕਿ ਮੈਨੂੰ ਪਤਾ ਤਾਂ ਇਸ ਦੇ ਮਾਇਨਿਆਂ ਦੇ ਵਿੱਚ ਜਾਣ ਦੀ ਬਜਾਏ ਅਸੀਂ ਇਸ ਨੂੰ ਬਾਕਾਇਦਾ ਨਾਚ ਗਾਣੇ ਦੇ ਵਿੱਚ ਹੰਡਾ ਲੈਨੇ ਆ ਬੜੇ ਖੁਸ਼ ਹੁੰਨੇ ਆ ਤੇ ਇਹ ਦੋ ਕੁੜੀਆਂ ਹਰ ਵੇਲੇ ਉਸ ਦਾ ਇੱਕ ਗੀਤ ਦਾ ਇੱਕ ਐਕਸਟੈਂਜ਼ਾ ਜਿਹੜਾ ਬਾਕਾਇਦਾ ਗਾਉਂਦੀਆਂ ਨੇ ਲੇਕਿਨ ਜਦੋਂ ਤੁਸੀਂ ਇਸ ਦੇ ਅਰਥਾਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਇੱਕ ਬੜੀ ਅਜੀਬ ਅਜੀਬ ਤੁਹਾਨੂੰ ਇਸ ਦੇ ਮਾਇਨੇ ਮਿਲਣਗੇ ਜਿਹੜੇ ਕਿ ਉਸ ਵੇਲੇ ਦੇ ਪਿੰਡਾਂ ਦੇ ਵਿੱਚ ਬਾਕਾਇਦਾ ਪ੍ਰਚਲਿਤ ਸਨ ਜਿਸ ਵੇਲੇ ਕਬੀਰ ਦਾ ਬੇਟਾ ਕਮਾਲ ਜਿਸ ਨੂੰ ਕਹਿੰਦੇ ਨੇ ਕਿ ਉਹ ਪੇਸ਼ੇ ਤੋਂ ਚੋਰ ਸੀ ਤੇ ਉਸ ਵੇਲੇ ਚੋਰਾ ਚੋਰੀ ਦਾ ਪੇਸ਼ਾ ਇੱਕ ਅਸੈਪਟਡ ਪ੍ਰੋਫੈਸ਼ਨ ਹੁੰਦਾ ਸੀ ਕਿ ਕੀ ਤੁਸੀਂ ਸੋਚ ਸਕਦੇ ਹੋ ਕਿ ਚੋਰੀ ਨੂੰ ਇੱਕ ਅਸੈਪਟਡ ਰੈਕਗਨਾਈਜ਼ਡ ਪ੍ਰੋਫੈਸ਼ਨ ਆਫ ਦਾ ਗਵਰਨਮੈਂਟ ਮੰਨਿਆ ਜਾ ਸਕਦਾ ਹੈ ਕਦੀ ਸੋਚ ਸਕਦੇ ਹੋ ਲੇਕਿਨ ਕਬੀਰ ਦਾ ਬੇਟਾ ਕਮਾਲ ਸੀ ਔਰ ਉਹ ਪੇਸ਼ੇ ਤੋਂ ਚੋਰ ਸੀ ਇੱਕ ਇਤਿਹਾਸਕ ਸਚਾਈ ਹੈ ਦੋ ਪਾਰਟਨ ਕੇ ਵਿੱਚ ਮੇ ਸਾਬਤ ਬਚਾ ਨ ਕੋਏ ਕਬੀਰ ਚੱਕੀ ਪੀ ਰਿਆ ਉਸ ਦੀ ਸੁਰਤੀ ਪ੍ਰਭੂ ਨਾਲ ਲੱਗੀ ਹੈ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਇੱਕ ਗਰਭਵਤੀ ਮਾਂ ਦੀ ਹਰ ਪਲ ਆਪਣੇ ਬੱਚੇ ਦੇ ਨਾਲ ਲੱਗੀ ਰਹਿੰਦੀ ਹੈ ਚਾਵੇਂ ਭਾਵੇਂ ਉਹ ਜਿਹੜਾ ਮਰਜ਼ੀ ਕੰਮ ਕਰੇ ਕਬੀਰ ਫਰੀਦ ਬੁੱਲੇ ਸ਼ਾ ਇਹਨਾਂ ਸਾਰਿਆਂ ਦੀ ਸੁਰਤੀ ਜਿਹੜੀ ਹੈ ਉਹਨਾਂ ਦੇ ਨਾਲ ਹੀ ਲੱਗੀ ਰਹੀ ਤਾਂ ਕਬੀਰ ਕਹਿੰਦਾ ਦੋ ਪਾਰਟਨ ਕੇ ਵਿੱਚ ਮੇ ਬਾ ਸਾਬਤ ਬਚਾ ਨ ਕੋਏ ਕੋਲ ਕਮਾਲ ਖੜਾ ਸੀ ਕਹਿੰਦਾ ਨਹੀਂ ਜਿਸ ਜਿਸ ਲੀਆ ਸਹਾਰਾ RAM ਕਾ ਮਾਰ ਸਕੇ ਨਾ ਕੋਏ ਜਿਹੜਾ ਦਾਣਾ ਕਿੱਲੀ ਦੇ ਨਾਲ ਸੈਂਟਰਲ ਐਕਸਲ ਦੇ ਨਾਲ ਧੁਰੇ ਦੇ ਨਾਲ ਚੰਬੜ ਗਿਆ ਉਸ ਨੂੰ ਕੋਈ ਨਹੀਂ ਮਾਰ ਸਕਦਾ ਦੋ 파ਟਨ ਕੇ ਵਿੱਚ ਮੇ ਸਾਬਤ ਬਚਾ ਨਾ ਕੋਏ ਜਿਸ ਲੀਆ ਸਹਾਰਾ RAM ਕਾ ਮਾਰ ਸਕੇ ਨਾ ਕੋਏ ਤੇ ਸਵੇਰੇ ਗੁਰੂ ਜੀ ਨੇ ਇੱਕ ਕਬੀਰ ਸਾਹਿਬ ਦਾ ਸ਼ਲੋਕ ਬੋਲਿਆ ਸੀ ਕਬੀਰ ਸਾਹਿਬ ਦੀ ਇੱਕ ਉਲਟ ਬਾਣੀ ਲਿਖੀ ਹੋਈ ਹੈ ਉਲਟ ਬਾਣੀ ਜਿਹੜੀ ਅੱਜ ਕੱਲ ਦੇ ਪ੍ਰਚਲਿਤ ਤਰੀਕਿਆਂ ਦੇ ਉਲਟ ਜਿਹੜਾ ਕੰਮ ਹੋ ਰਿਹਾ ਉਹਨਾਂ ਦੇ ਉੱਤੇ ਬਾਕਾਇਦਾ ਇੱਕ ਬਾਣੀ ਹੈ ਜਿਹੜੀ ਬੜੀ ਵਧੀਆ ਹੈ ਰੰਗੀ ਕੋ ਨਾਰੰਗੀ ਕਹੇ ਜਦੋਂ ਫਲ ਤੇ ਬਹੁਤ ਸੋਹਣਾ ਦਿਖਣ ਵਾਲਾ ਰੰਗ ਆ ਜਾਂਦਾ ਅਸੀਂ ਉਸ ਦਾ ਨਾਂ ਨਾਰੰਗੀ ਰੱਖ ਦਿੰਦੇ ਹਾਂ ਹੁਣ ਵੀ ਇਹਦਾ ਕੋਈ ਰੰਗ ਨਹੀਂ ਰੰਗੀ ਕੋ ਨਾਰੰਗੀ ਕਹੇ ਦੁੱਧ ਬਨੇ ਤੋ ਖੋਆ ਜਦੋਂ ਦੁੱਧ ਹੱਥ ਵਿੱਚ ਆਉਣ ਲੱਗ ਪਵੇ ਮੈਟਰ ਬਣ ਜਾਵੇ ਉਦੋਂ ਅਸੀਂ ਕਹਿੰਦੇ ਆ ਖੋ ਗਿਆ ਖੋਆ ਰੰਗੀ ਕੋ ਨਾ ਰੰਗੀ ਕਹੇ ਦੁੱਧ ਬਨੇ ਤੋ ਖੋਆ ਚਲਤੀ ਕੋ ਗਾੜੀ ਕਹੇ ਜਿਹੜੀ ਚਲਦੀ ਹੈ ਉਸਨੂੰ ਅਸੀਂ ਗਾੜੀ ਜਿਹੜੀ ਗੱਡ ਦਿੰਨੇ ਆਪਾਂ ਖੜੀ ਰਹਿੰਦੀ ਹੈ ਚਲਤੀ ਕੋ ਗਾੜੀ ਕਹੇ ਦੇਖ ਕਬੀਰਾ ਰੋਇਆ ਇੱਕ ਬੜਾ ਅਜੀਬ ਜ਼ਿੰਦਗੀ ਦਾ ਚਲਨ ਹੈ ਜੀਵਨ ਦਾ ਚਲਨ ਹੈ ਜਿਸ ਦੇ ਵਿੱਚ ਅਸੀਂ ਸਾਰੇ ਉਲਟੀਆਂ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਾਂ ਤਾਂ ਇਸੇ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਵੀ ਜਿਹੜੀ ਆਪਾਂ ਗੱਲ ਕਿ ਕਲਿਕ ਲੀਰ ਤੋਂ ਸ਼ੁਰੂ ਕੀਤੀ ਸੀ ਕਿ ਕਲਿਕ ਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਹਲੇ ਤੱਕ ਵੀ ਇਹਨਾਂ ਚਾਰ ਲਾਈਨਾਂ ਦੇ ਬਾ ਮਾਕੂਲ ਅਰਥ ਕਿਸੇ ਵੀ ਬਿਟੀਆ ਦੇ ਜਾਂ ਕਿਸੇ ਵੀ ਮੇਰੀ ਭੈਣ ਜੀ ਦੇ ਜਾਂ ਬਜ਼ੁਰਗਾਂ ਦੇ ਦਿਮਾਗ ਵਿੱਚ ਨਹੀਂ ਆਏ ਤਾਂ ਇੱਕ ਲੇਖਕ ਦਿਵਿੰਦਰ ਸਤਿਆਰਥੀ ਹੀ ਅਤੇ ਉਹਨਾਂ ਨੂੰ ਅੱਗੇ ਇਹਨਾਂ ਲਫ਼ਜ਼ਾਂ ਦੇ ਵਿੱਚ ਦੁਹਰਾਉਣ ਵਾਲਾ ਕਿਰਪਾਲ ਕਜ਼ਾਕ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਇੱਕ ਰਾਜਗਰੀ ਮਿਸਤਰੀ ਦਾ ਕੰਮ ਕਰਦਾ ਸੀ ਤੇ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਤੋਂ ਰਿਟਾਇਰ ਹੋਇਆ ਉਸ ਬਾਰੇ ਸ਼ਾਇਦ ਤੁਸੀਂ ਜਾਣਦੇ ਹੋਵੋ ਉਸ ਨੇ ਜੋ ਮਾਇਨੇ ਕੀਤੇ ਨੇ ਉਹ ਮੈਂ ਰਿਪੀਟ ਕਰਨ ਲੱਗਿਆ ਮੇਰੇ ਆਪਣੇ ਇਹਦੇ ਵਿੱਚ ਕੋਈ ਸ਼ਿਰਕਤ ਨਹੀਂ ਕਿੱਕਲੀ ਪਾਉਣੀ ਹੈ ਬਹੁਤ ਖੁਸ਼ ਹੁੰਦੀ ਹੈ ਬਟੀਆਂ ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਬੇਟੀਆਂ ਦੀ ਗੱਲ ਸੁਣਾ ਰਿਹਾ ਤਾਂ ਘਰ ਦੇ ਵਿੱਚ ਇੱਕ ਬਾਕਾਇਦਾ ਕਾਨੂੰਨ ਅਸੂਲ ਬਣਾਇਆ ਜਾਂਦਾ ਹੈ ਸਿੱਖਿਆ ਦਿੱਤੀ ਜਾਂਦੀ ਹੈ ਤੇ ਪੱਗ ਵੀਰ ਦੀ ਪੱਗ ਦਾ ਧਿਆਨ ਰੱਖੀ ਤਾਂ ਮੇਲਸ ਦੇ ਵਿੱਚੋਂ ਉਹ ਇਹ ਧਿਆਨ ਰੱਖਦੀ ਹੈ ਪੱਗ ਮੇਰੇ ਵੀਰ ਦੀ ਦੁਪੱਟਾ ਦੁਪੱਟੇ ਦਾ ਅਰਥ ਕੀ ਹੁੰਦਾ ਹੈ ਦੁਪੱਟੇ ਦੀ ਅਹਿਮੀਅਤ ਕੀ ਹੁੰਦੀ ਹੈ ਤੁਹਾਡੇ ਘਰ ਵਿੱਚ ਪਰਿਵਾਰ ਵਿੱਚ ਸਾਡੇ ਸਮਾਜ ਵਿੱਚ ਦੁਪੱਟਾ ਮੇਰੇ ਭਾਈ ਦਾ ਜਿਹੜਾ ਕੋਈ ਗੱਭਰੂ ਮੈਨੂੰ ਪਿੰਡ ਵਿੱਚ ਚੰਗਾ ਲੱਗਦਾ ਹੈ ਦੁਪੱਟਾ ਉਸ ਦਾ ਤੇ ਫਿਰ ਫਿਟੇ ਮੂੰਹ ਜਿਹੜਾ ਪਿਓ ਨੇ ਮਾਂ ਨੇ ਪਰਿਵਾਰ ਨੇ ਮੁੰਡਾ ਲੱਭਿਆ ਜਿਸ ਨਾਲ ਵਿਆਹਣਾ ਉਹਦੇ ਦੂਰ ਫਿਟੇ ਮੂੰਹ ਕਿਉਂਕਿ ਉਹ ਮਨ ਨੂੰ ਚੰਗਾ ਨਹੀਂ ਲੱਗਦਾ ਲੇਕਿਨ ਇਹ ਨਿਭਾਉਣਾ ਹੈ ਪੱਗ ਮੇਰੇ ਵੀਰ ਦੀ ਹੈ ਜੇ ਉਸ ਦੇ ਨਾਲ ਨਹੀਂ ਨਿਭਾਵਾਂਗੀ ਤੇ ਵੀਰ ਦੀ ਪੱਗ ਦੇ ਉੱਤੇ ਦਾਗ ਲੱਗੇਗਾ ਨਹੀਂ ਇਹ ਨਹੀਂ ਹੋਵੇਗਾ ਕਿ ਕਲਿੱਕ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿਟੇ ਮੂੰਹ ਜਵਾਈ ਦਾ ਗਈ ਸਾਂ ਮੈਂ ਗੰਗਾ ਚੜਾ ਲਈ ਵੰਗਾ ਬਿਲਕੁਲ ਸਿੱਧਾ ਸਿੱਧਾ ਬਾਬੇ ਨਾਨਕ ਦੀ ਬਾਣੀ ਵਾਂਗ ਜੇ ਜਪਜੀ ਦੇ ਅਰਥ ਕਰਨੇ ਨਾਕ ਸ਼ੁਰੂ ਕਰੋ ਨਾ ਪੜਨੇ ਸ਼ੁਰੂ ਕਰੋ ਤੋ ਵੈਸੀ ਸਮਝ ਆਣ ਲੱਗ ਪੈਂਦਾ ਜੇ ਅਸੀਂ ਸਮਝ ਲਈਏ ਕਿ ਨਾਨਕ ਸਾਡੀ ਬੋਲੀ ਦਾ ਹੈ ਸਾਡੀ ਧਰਤੀ ਦਾ ਸਾਡੇ ਵਿੱਚ ਜੰਮਿਆ ਹੈ ਸਾਡੇ ਵਿੱਚ ਹੀ ਬੋਲਿਆ ਸਭ ਕੁਝ ਕੀਤਾ ਜਦੋਂ ਅਸੀਂ ਮੁਖਾਤਬ ਹੋ ਜਾਂਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਮੇਰੇ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦਾ ਜਦੋਂ ਨਾਨਕ ਤੁਹਾਡੇ ਨੇੜੇ ਹੋਵੇਗਾ ਤਾਂ ਤੁਸੀਂ ਉਸਨੂੰ ਨਾਨਕ ਹੀ ਪੁਕਾਰੋਗੇ ਤੇ ਤੁਹਾਨੂੰ ਬਹੁਤ ਆਨੰਦ ਆਏਗਾ ਜਪਜੀ ਪੜਕੇ 10 ਜਾਂ 12 ਮਿੰਟਾਂ ਦੇ ਵਿੱਚ ਭਾਈ ਜੀ ਦਾ ਪੜਿਆ ਜਪਜੀ ਮੇਰੇ ਸਮਝ ਵਿੱਚ ਨਹੀਂ ਆਇਆ ਕਰਦਾ ਸੀ ਤੇ ਮੈਂ ਆਪਣੀ ਮਾਂ ਨੂੰ ਆਖਿਆ ਕਿ ਜਪਜੀ ਸਿੱਖਣ ਦਾ ਕੀ ਤਰੀਕਾ ਹੈ ਕਹਿੰਦੀ ਤੂੰ ਸਹਜੇ ਸਹਜੇ ਆਰਾਮ ਨਾਲ ਹੌਲੀ ਹੌਲੀ ਪੜਿਆ ਕਰ ਪਾਠ ਦੀ ਸਪੀਡ ਦੇ ਨਾਲ ਤੇ ਪਾਠ ਵਾਸਤੇ ਕਰਨ ਵਾਸਤੇ ਨਾ ਪੜਿਆ ਕਰ ਤੇ ਜਦੋਂ ਸਮਝ ਆਉਣੀ ਸ਼ੁਰੂ ਹੋਈ ਤਾਂ ਫਿਰ ਜੋਤ ਸਿੰਘ ਸਤਵੀਰ ਸਿੰਘ ਖੜਗ ਸਿੰਘ ਫਲਾਣਾ 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 ਕੋਈ 24 ਸਟੀਕਸ ਨੂੰ ਪੜਨ ਤੋਂ ਬਾਅਦ ਵੀ ਉਹ ਗੱਲ ਸਮਝ ਨਹੀਂ ਆਈ ਜਿਹੜੀ ਨਾਨਕ ਸਾਡੀ ਬੋਲੀ ਵਿੱਚ ਸਾਨੂੰ ਸਮਝਾਉਣਾ ਚਾਹੁੰਦਾ ਹੈ ਲੇਕਿਨ ਸਮਝਣ ਵਾਲਿਆਂ ਦੀ ਗਲਤੀ ਹੈ ਨਾਨਕ ਦੀ ਨਹੀਂ ਅੱਛਾ ਤਾਂ ਮੇਰੀ ਇਹ ਸੋਚ ਹੈ ਕਿ ਨਾਨਕ ਸਾਹਿਬ ਨੇ ਸਾਡੀ ਬੋਲੀ ਦੇ ਵਿੱਚ ਗਾ ਕੇ ਸਾਰਾ ਕੁਝ ਸੁਣਾਇਆ ਤਾਂ ਉਸ ਦਾ ਜਿਹੜਾ 에ਸੈਂਸ ਸੀ ਜਾਂ ਉਹਦੀ ਸਮਝ ਸੀ ਉਹ ਸਭ ਤੋਂ ਪਹਿਲਾਂ ਅਗਰ ਆਪਾਂ ਕਹਿ ਲਈਏ ਕਿਸੇ ਪੰਜਾਬੀ ਨੂੰ ਜਾਂ ਕਿਸੇ ਸਿੱਖ ਨੂੰ ਸਮਝ ਨਹੀਂ ਆਈ ਉਸ ਹੱਦ ਤੱਕ ਜਿਸ ਹੱਦ ਤੱਕ ਉਹ ਆਮ ਲੋਕਾਈ ਨੂੰ ਸਮਝਾਈ ਜਾ ਸਕੇ ਆਪਣੇ ਜੀਵਨ ਤੱਕ ਦੀ ਸ਼ਾਇਦ ਸਮਝ ਆ ਗਈ ਸੀ ਲੇਕਿਨ ਉਸ ਹੱਦ ਤੱਕ ਨਹੀਂ ਸੀ ਆਈ ਤਾਂ ਵਿਨੋਭਾ ਭਾਵੇ ਨਾਂ ਦਾ ਇੱਕ ਸੰਤ ਬਨਾਰਸ ਦੇ ਨੇੜੇ ਹੋਇਆ ਉਸ ਨੇ ਕੋਸ਼ਿਸ਼ ਕੀਤੀ ਉਸਨੇ ਇੱਕ ਐਸੀ ਚੀਜ਼ ਲਿਖੀ ਜਿਹੜੀ ਅੱਜ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਬਾਕਾਇਦਾ ਛਾਪੀ ਗਈ ਹੈ ਲੇਕਿਨ ਮੈਂ ਗੱਲ ਸਨ 77 ਦੀ ਕਰ ਰਿਹਾ ਉਸ ਵੇਲੇ ਮੈਂ ਉਸ ਕਿਤਾਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕਿਸੇ ਸ਼ਖਸ ਨੇ ਮੈਨੂੰ ਉਹ ਕਿਤਾਬ ਭੇਜੀ ਤੇ ਮੇਰਾ ਉਹ ਮਸਲਾ ਹੱਲ ਹੋਇਆ ਤਾਂ ਉਸ ਦੀ ਇਲੈਬੋਰੇਸ਼ਨ ਕਹ ਲਓ ਐਕਸਪੈਂਸ਼ਨ ਕਹ ਲਓ ਜਾਂ ਫਰਦਰ ਜਿਹੜੀ ਟਰਾਂਸਲੇਸ਼ਨ ਹੈ ਉਹ ਉਹ ਸ਼ੁਰਜਨੀਸ਼ ਨੇ ਕੀਤੀ ਉਹ ਜਬਲਪੁਰ ਤੋਂ ਸੀ ਐਮਪੀ ਤੋਂ ਉਹ ਬਾ ਕਮਾਲ ਹੈ ਬਾ ਕਮਾਲ ਹੈ ਉਸ ਨੂੰ ਪੜ੍ਹ ਕੇ ਤੁਹਾਨੂੰ ਸਾਰੇ ਬਲਵਲੇ ਦੂਰ ਹੋ ਜਾਂਦੇ ਨੇ ਜਿਹੜਾ ਗੁਰਪ੍ਰਸਾਦ ਤੱਕ ਦਾ ਲਫ਼ਜ਼ ਹੈ ਨਿਰਭਉ ਤੇ ਨਿਰਵੈਰ ਉਹ ਉਸੇ ਵਿੱਚੋਂ ਲੱਭ ਜਾਂਦਾ ਤੁਸੀਂ ਬਾ ਕਾਇਦਾ ਨਿਰਭਉ ਤੇ ਨਿਰਵੈਰ ਹੋ ਜਾਂਦੇ ਹੋ ਜਦੋਂ ਇਹ ਦੋ ਚੀਜ਼ਾਂ ਹਾਸਲ ਹੋ ਜਾਣ ਤਾਂ ਉਸ ਤੋਂ ਬਾਅਦ ਕਿਸੇ ਚੀਜ਼ ਦੀ ਉਹ ਨਹੀਂ ਰਹਿੰਦੀ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਗਈ ਸਾ ਮੈਂ ਗੰਗਾ ਚੜਾ ਲਿਆਈ ਵੰਗਾ ਅਸਮਾਨੀ ਮੇਰਾ ਘਗਰਾ ਮੈਂ ਇਸ ਕੀ ਟੰਗਾ ਜਾਂ ਉਸ ਕੀ ਢੰਗਰਾ ਘਗਰੇ ਦਾ ਕੀ ਉਚਿਤਿਆ ਹੁੰਦਾ ਸੀਗਾ ਪੰਜਾਬ ਦੇ ਵਿੱਚ ਘਗਰਾ ਚੁੰਨੀ ਤੋਂ ਬਾਅਦ ਇੱਕ ਐਸੀ ਡਰੈੱਸ ਸੀ ਐਸੀ ਤੁਹਾਡਾ ਪਹਿਰਾਵਾ ਏ ਜਿਸ ਨੂੰ ਤੁਸੀਂ ਯੂਜ਼ ਕਰਨ ਵੇਲੇ ਬਾਕਾਇਦਾ ਧਿਆਨ ਰੱਖਦੇ ਹੋ ਕਿ ਕਿਲੀ ਕਿਹੜੀ ਹੋਵੇਗੀ ਕਸੀ ਇਸ ਨੂੰ ਕਿੱਥੇ ਟੰਗਣਾ ਲੇਕਿਨ ਉਹ ਕਹਿੰਦੀ ਹੈ ਇਹ ਮੇਰੀ ਮਰਜ਼ੀ ਹੈ ਭਾਵੇਂ ਮੈਂ ਇਸ ਕਿੱਲੀ ਟੰਗਾ ਭਾਵੇਂ ਉਸ ਕਿੱਲੀ ਟੰਗਾ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਅਲਫਾਜ਼ ਇਸ ਤਰ੍ਹਾਂ ਦੇ ਨੇ ਜਿਹੜੇ ਕਿਸੇ ਮਹਿਫਿਲ ਦੇ ਵਿੱਚ ਬੈਠ ਕੇ ਸਮਝਾਏ ਨਹੀਂ ਜਾ ਸਕਦੇ ਲੇਕਿਨ ਉਹ ਕਿੰਨਾ ਖੁੱਲਾ ਮਾਹੌਲ ਹੋਵੇਗਾ ਜਿਸ ਦੇ ਵਿੱਚ ਚੋਰੀ ਕਰਨਾ ਇੱਕ ਪ੍ਰੋਫੈਸ਼ਨ ਹੋਵੇਗਾ ਤੇ ਕਿੱਲੀ ਤੇ ਘਗਰਾ ਟੰਗਣਾ ਵੀ ਖੁੱਲ ਹੋਵੇਗੀ ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸਾਡੀ ਹਿੰਦੂ ਮਾਇਥੋਲੋਜੀ ਦੇ ਵਿੱਚ ਅਰਧ ਨਾਰੀ ਪੁਰਸ਼ ਦੀਆਂ ਕੱਲ ਗੱਲਾਂ ਹੋ ਰਹੀਆਂ ਸਨ ਉਸੇ ਤਰ੍ਹਾਂ ਹੀ ਹੈ ਤੇ ਹੁਣ ਮੈਂ ਭੈਣ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਬੋਲੀਆਂ ਦੇ ਉੱਤੇ ਜਾਂ ਜਿਹੜੀ ਵੀ ਫੌਕ ਦੀ ਕੋਈ ਵਿਦਾਇ ਜਾਂ ਲੋਕ ਨਾਚ ਲੋਕ ਬੋਲੀ ਦੀ ਕੋਈ ਵਿਦਾ ਉਸ ਦੇ ਉੱਤੇ ਚਾਰ ਗੱਲਾਂ ਤੁਹਾਡੇ ਨਾਲ ਕਰਨ ਪੰਜਾਬੀ ਮਾਂ ਬੋਲੀ ਦੀ ਗੋਦੀ ਦਾ ਆਨੰਦ ਮਾਣ ਰਹੇ ਪੰਜਾਬੀ ਪਿਆਰੇ ਹਾਜ਼ਰੀਨ ਸ਼ਖਸੀਅਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਗੱਲ ਹੋ ਰਹੀਏ ਵਿਰਸੇ ਤੇ ਵਿਰਾਸਤ ਦੀ ਕੱਲ ਅਸੀਂ ਬੁਝਾਰਤਾਂ ਤੇ ਬੋਲੀਆਂ ਦਾ ਇੱਥੇ ਬੱਚਿਆਂ ਨੇ ਮੀਂਹ ਵਰਾਇਆ ਤੇ ਖੂਬ ਆਨੰਦ ਮਾਣਿਆ ਜਿਹੜੀਆਂ ਕਿ ਮੇਰੇ ਖੁਦ ਦੇ ਸਬਜੈਕਟ ਮੈਥਮੈਟਿਕਸ ਨਾਲ ਜੁੜੀਆਂ ਸੀ ਜਿਵੇਂ ਇਹਨਾਂ ਨੇ ਦੱਸਿਆ ਕਿ ਵਿਰਸਾ ਵਿਰਾਸਤ ਇੰਨਾ ਅਮੀਰ ਹੈ ਉਹ ਕਿਹੜੀ ਵਿਦੈ ਜਿਹੜੀ ਸਾਨੂੰ ਕੁਝ ਵੀ ਸਿਖਾਉਂਦੀ ਨਹੀਂ ਹੈ ਜਿਵੇਂ ਅਸੀਂ ਕਿਸੇ ਚੀਜ਼ ਦਾ ਜੋ ਵੀ ਵਿਰਾਸਤ ਨਾਲ ਸਾਡੇ ਜੁੜੀਆਂ ਗੱਲਾਂ ਨੇ ਬਹਿਮ ਭਰਮ ਤੋਂ ਆਗੀਆਂ ਕੋਈ ਬਣਾਈਆਂ ਗਈਆਂ ਇਵਾਦਤਾਂ ਨੇ 부ਝਾਰਤਾਂ ਨੇ ਉਹ ਕਿਤੇ ਨਾ ਕਿਤੇ ਕਿਸੇ ਪੁਆਇੰਟ ਨਾਲ ਜੁੜੀਆਂ ਹੋਈਆਂ ਨੇ ਮੈਂ ਪੁੱਛਣ ਦੀ ਗੁਸਤਾਖੀ ਕਰੂੰਗੀ ਕਿ ਮੇਰੇ ਹਿੱਸੇ ਦਾ ਸਮਾਂ ਕਿੰਨਾ ਹੈ ਮੈਂ ਉਸ ਲਿਮਟ ਦੇ ਵਿੱਚ ਰਹੂੰਗੀ ਓਕੇ ਜੀ ਤੇ ਮੈਂ ਵਿਰਸੇ ਵਿਰਾਸਤ ਦੀ ਗੱਲ ਹੀ ਕਰੂੰਗੀ ਮੈਂ ਹੋਰ ਕਿਸੇ ਪਾਸੇ ਪੁਆਇੰਟ ਤੋਂ ਨਹੀਂ ਜਾਊਂਗੀ ਮੈਂ ਆਪਣੀ ਕਿਤਾਬ ਦੇ ਵਿੱਚ ਜਦੋਂ ਵੀ ਲਿਖਦੀ ਹਾਂ ਜਦੋਂ ਵੀ ਮੇਰਾ ਮਨ ਕਿਤੇ ਕੁਝ ਲਿਖਦਾ ਹੈ ਤਾਂ ਮੈਂ ਪਤਾ ਨਹੀਂ ਕਿਉਂ ਕਦੋਂ ਤੇ ਕਿਵੇਂ ਮੇਰੇ ਬਚਪਨ 'ਚ ਗੁੰਮ ਜਾਂਦੀ ਹਾਂ ਹੁਣ ਦੇ ਬਚਪਨ ਨਾਲੋਂ ਮੈਨੂੰ ਮੇਰਾ ਬਚਪਨ ਕਿਤੇ ਅਮੀਰ ਲੱਗਦਾ ਹੈ ਮੈਂ ਮੇਰੇ ਬੱਚਿਆਂ ਨੂੰ ਉਸ ਤਰ੍ਹਾਂ ਦਾ ਬਚਪਨ ਦੇਣ ਦੀ ਕੋਸ਼ਿਸ਼ ਵੀ ਕਰਦੀ ਹਾਂ ਜਿਵੇਂ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ ਸਮਾਜ ਨਾਲ ਬਦਲਣਾ ਬਹੁਤ ਜ਼ਰੂਰੀ ਹੈ ਪਰ ਮੈਨੂੰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਹੈ ਜਿਵੇਂ ਵਗਦੇ ਪਾਣੀ ਦੇ ਵਿੱਚ ਮੈਂ ਪੱਥਰ ਬਣਨ ਦੀ ਕੋਸ਼ਿਸ਼ ਕਰਦੀ ਹਾਂ ਫਿਰ ਵੀ ਪਾਣੀ ਦਾ ਵੇਗ ਮੈਨੂੰ ਵਹਾ ਹੀ ਲੈ ਜਾਂਦਾ ਹੈ ਮੈਂ ਕਿਤੇ ਨਾ ਕਿਤੇ ਉੱਥੇ ਫਿਰ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰਦੀ ਹਾਂ ਕਿ ਉਸ ਤਰ੍ਹਾਂ ਦਾ ਬਚਪਨ ਮੈਂ ਨਹੀਂ ਦੇ ਰਹੀ ਜਿਸ ਤਰ੍ਹਾਂ ਦਾ ਮੈਂ ਹੰਡਾ ਚੁੱਕੀ ਹਾਂ ਮੈਂ ਕੱਲ ਵੀ ਗੱਲ ਕੀਤੀ ਸੀ ਮੈਂ ਬਿਲਕੁਲ ਨਹੀਂ ਚਾਹੁੰਦੀ ਕਿ ਸਾਡਾ ਵਿਰਸਾ ਸਾਡੀ ਵਿਰਾਸਤ ਕਿਤੇ ਨਾ ਕਿਤੇ ਮਾਰ ਖਾਵੇ ਜਾਂ ਗੁੰਮੇ ਇਹਦੇ ਨਾਲ ਮੈਂ ਅੱਕੀ ਹੋਵਾਂ ਥੱਕੀ ਹੋਵਾਂ ਕੰਮ ਹੋਵੇ ਜੋ ਮਰਜੀ ਹੋਵੇ ਮੇਰੀ ਇੱਕ ਰੁਟੀਨ ਹੈ ਮੈਂ ਸ਼ਾਮ ਨੂੰ ਬੱਚਿਆਂ ਨੂੰ ਗੋਦੀ ਚ ਲੈ ਕੇ ਬਾਹਾਰ ਤਾਂ ਜਰੂਰ ਪਾਉਣੀ ਹੈ ਚਾਹੇ 4 ਪਾਵਾ ਜੇ ਉਹਦੋਂ ਨਹੀਂ ਟਾਈਮ ਹੁੰਦਾ ਤਾਂ ਜਦੋਂ ਜਿਵੇਂ ਮੈਂ ਖਾਣਾ ਬਣਾਉਣੀ ਆ ਬੱਚੇ ਖੇਡਦੇ ਨੇ ਤਾਂ ਮੈਂ ਸਿੱਖੀ ਇਤਿਹਾਸ ਨਾਲ ਜੁੜੀਆਂ ਗੱਲਾਂ ਜਾਂ 부ਜ਼ਾਰਤਾ ਦੀ ਕੋਸ਼ਿਸ਼ ਕਰਦੀ ਆ ਮੈਂ ਵਾਕਿਆ ਬੱਚੇ ਨੂੰ ਸਵੇਰੇ ਉਠਾ ਕੇ ਕਹਿੰਨੀ ਆ ਕਿ ਬੱਚੇ ਇਹਨੂੰ ਕਹਿੰਦੇ ਨੇ ਪੋ ਫੁਟਾਲਾ ਤਾਂ ਕਿ ਗੁੰਮੀਆਂ ਚੀਜ਼ਾਂ ਨਾ ਰਹਿਣ ਸਾਡੀ ਅਗਲੀ ਪੀੜ੍ਹੀ ਇਹਨਾਂ ਨੂੰ ਸੰਭਾਲੇ ਉਹਨਾਂ ਗੱਲਾਂ ਨੂੰ ਸੰਭਾਲਣ ਦਾ ਮੈਂ ਇੱਕ ਰਚਨਾ 'ਚ ਯਤਨ ਕੀਤਾ ਹੈ ਉਹ ਰਚਨਾ ਮੇਰੀ ਕਿਤਾਬ ਕਲਮ ਦੀ ਪੁਕਾਰ ਦੇ ਵਿੱਚ ਲਿਖੀ ਹੋਈ ਹੈ ਉਹਨੂੰ ਮੈਂ ਤੁਹਾਡੇ ਰੂਬਰੂ ਕਰਨਾ ਚਾਹੁੰਦੀ ਆ ਮੇਰੀ ਰਚਨਾ ਹੈ ਵਿਸਰੇ ਅੱਖਰ ਸੋਚੀ ਡੁੱਬਿਆ ਅੱਜ ਮੇਰਾ ਮਨ ਗੋਤਾ ਖਾ ਗਿਆ ਸੀ ਨੰਨਾ ਮੇਰਾ ਬਾਲ ਮੇਰੇ ਗਲ ਬਾਹਾਂ ਪਾ ਗਿਆ ਸੀ ਕਹਿੰਦਾ ਦੱਸ ਦਿਓ ਮੈਨੂੰ ਪੋ ਫੁਟਾਲਾ ਕੀ ਹੁੰਦਾ ਕੀ ਨੂੰ ਕਹਿਣ ਸ਼ਤੀਰਤ ਦੱਸ ਦਿਓ ਬਾਲਾ ਕੀ ਹੁੰਦਾ ਮੋਢਿਓ ਉਤਾਰ ਕੇ ਉਹਨੂੰ ਗੋਦੀ ਵਿੱਚ ਬਿਠਾਉਣ ਲੱਗੀ ਮਾਂ ਬੋਲੀ ਦੇ ਵਿਸਰੇ ਅੱਖਰ ਸੀ ਸਮਝਾਉਣ ਲੱਗੀ ਮੋਢਿਓ ਉਤਾਰ ਕੇ ਉਹਨੂੰ ਗੋਦੀ ਵਿੱਚ ਬਿਠਾਉਣ ਲੱਗੀ ਮਾਂ ਬੋਲੀ ਦੇ ਵਿਸਰੇ ਅੱਖਰ ਸੀ ਸਮਝਾਉਣ ਲੱਗੀ ਬਾਬਾ ਬੋਲਦਾ ਪੱਕਾ ਸੀ అలਾਰਮ ਬੇਬੇ ਦਾ ਨਾਲ ਮਧਾਣੀ ਸ਼ਬਦ ਚਲਦਾ ਸ਼ਬਦ ਉਚਾਰਨ ਬੇਬੇ ਦਾ ਪੌ ਫਟਾਲਾ ਅੰਮ੍ਰਿਤ ਵੇਲਾ ਸੁਹਾ ਸਵੇਰੇ ਸੀ ਚਿੜੀਆਂ ਚੀਂ-ਚੀਂ ਫੁਦਕਣ ਬੋਲਣ ਕਾਂ ਬਨੇਰੇ ਜੀ ਗੂੰਜ ਮਧਾਣੀ ਬਲਦਾਂ ਗਲ ਸੀ ਟੱਲੀਆਂ ਗੂੰਜਦੀਆਂ ਸੂਰਜ ਦੀਆਂ ਕਿਰਨਾਂ ਸੀ ਨੇਰੇ ਨੂੰ ਹੁੰਜਦੀਆਂ ਤੜਕੇ ਸੁਵਖਤੇ ਹਾਜ਼ਰੀ ਤੇ ਪੱਤਾ ਢੋਣਾ ਬਈ ਮਿੱਸੀ ਰੋਟੀ ਗੰਡਾ ਤੇ ਲੱਸੀ ਦਾ ਢੋਣਾ ਬਈ ਜੈਮ ਬ੍ਰੈਡ ਤੇ ਮੈਗੀ ਚੋਕੋ ਹੋਵੇ ਪਾਸਤਾ ਜਿਹਨੂੰ ਪੁੱਤਰਾ ਅੱਜਕੱਲ ਲੋਕੀ ਕਹਿੰਦੇ ਨਾਸ਼ਤਾ ਧੁੱਪ ਚੜੀ ਤੋਂ ਕਹਿੰਦੇ ਚੜ ਗਿਆ ਗੋਡੇ-ਗੋਡੇ ਜੀ ਧੁੱਪ ਚੜੀ ਤੋਂ ਕਹਿੰਦੇ ਚੜ ਗਿਆ ਗੋਡੇ-ਗੋਡੇ ਜੀ ਛੁੱਟੀ ਵਾਲੇ ਦਿਨ ਅਕਸਰ ਹੀ ਮੇਰੀ ਦਾਦੀ ਕਹਿ ਦਿੰਦੀ ਸੀ ਵੇ ਸਕੂਲ ਨਹੀਂ ਜਾਣਾ ਉੱਠ ਜੋ ਗੋਡੇ-ਗੋਡੇ ਚੜਿਆ ਆਇਆ ਮੰਜੇ ਉਤੋਂ ਦਿੰਦੇ ਹਲੂਣਾ ਫੜ ਕੇ ਮੋਢੇ ਸੀ ਤਿੱਖੜ ਸਿਖਰੇ ਤਿੱਖੜ ਸਿਖਰੇ ਕਾਂਖ ਨਿਕਲੇ ਕਹਿਣ ਦੁਪਹਿਰਾਂ ਨੂੰ ਤੱਤੀ ਵਾ ਲੂ ਲੱਗੇ ਰੇਤਾ ਖਾਂਦਾ ਪੈਰਾਂ ਨੂੰ ਲੋਡਾ ਆਥਣ ਕਵੇਲਾ ਸ਼ਾਮਾਂ ਤੇਤਰ ਕਾਲਾਂ ਜੀ ਡੰਗਰ ਪੰਛੀ ਮੁਰਨ ਕਰਾ ਨੂੰ ਬਨ ਕੇ ਪਾਲਾਂ ਜੀ ਘੜੀ ਪਲ ਘੜੀ ਪਲ ਬਿੰਦ ਝਟ ਮਹਿਰ ਚੜਦੇ ਤੇ ਲੈਂਦੇ ਵੱਖੋ ਵਕ ਪਹਿਚਾਣਾ ਨੂੰ ਹੁਣ ਟਾਈਮ ਹੀ ਕਹਿੰਦੇ ਕਾਲੀ ਬੋਲੀ ਰਾਤ ਚਾਨਣੀ ਤਾਰਿਆਂ ਦੀ ਛਾ ਮਾਣਦੇ ਏਸੀ ਹੀਟਰ ਲਾ ਲਏ ਨਾ ਕੁਦਰਤ ਨੂੰ ਜਾਣਦੇ ਆਦਰੜਕਿਆ ਆਦਰੜਕਿਆ 툐ੜ 툐ੜ ਮੇਰੇ ਖਿਆਲ ਚ ਹੁਣ ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਪਰ ਜਦੋਂ ਉਹ ਛਾਟੀ ਵਾਲੀ ਦਹੀਂ ਚ ਬੂਰੀ ਮੱਝ ਦੀਆਂ ਧਾਰਾਂ ਪੈਂਦੀਆਂ ਸੀ ਉਹਦਾ ਨਜ਼ਾਰਾ ਬਿਆਨ ਕਰਨਾ ਬਹੁਤ ਔਖਾ ਅਦਰੜਕੇ ਅਤਿਓੜ ਲੂਹਾ ਗੋਕਾ ਤੇ ਡੋਕਾ ਸੀ ਗੁੜ ਪੰਜੀਰੀ ਖੋਆ ਗਾਜਰ ਪਾਕ ਦਾ ਹੋਕਾ ਸੀ ਰਿਜ ਰਿਜ ਹੋ ਜਾਂਦੀ ਜਦ ਰਿਜ ਰਿਜ ਹੋ ਜਾਂਦੀ ਜਦ ਹਾਰੇ ਖੀਰ ਬਦਾਮੀ ਸੀ ਲੂਣ ਸੇਵੀਆਂ ਪਾਉਣਾ ਕਹਿੰਦੇ ਗੱਲ ਖਨਾਮੀ ਸੀ ਕਹਿੰਦੇ ਸੇਵੀਆਂ ਚ ਲੂਣ ਨਾ ਪਾ ਦਿਓ ਅੱਜ ਕੱਲ ਸੇਵੀਆਂ ਬਣਦੀਆਂ ਹੀ ਲੂਣ ਵਾਲੀਆਂ ਨੇ ਮੈਗੀ ਆ ਗਈ ਠੰਡ ਬਚਣ ਤੋਂ ਲੈਂਦੇ ਠੰਡ ਬਚਣ ਤੋਂ ਲੈਂਦੇ ਪੂਰਾ ਕੇਸੀ ਲੋਈ ਸੀ ਛਾਤੀ ਤੋਂ ਖੰਗ ਚੱਕ ਦਿੰਦੀ ਗੁੜ ਵਾਲੀ ਗੋਈ ਸੀ ਤੋਲਾ ਤੋੜੀ ਹਾਰਾ ਛਾਟੀ ਤੋਲਾ ਤੋੜੀ ਹਾਰਾ ਛਾਟੀ ਅਤੇ ਮਧਾਣੀ ਸੀ ਓਡੇ ਓਲੇ ਬੈਠੀ ਸੌਂਦੀ ਸੁਗੜ ਜਿਹੀ ਸਿਆਣੀ ਸੀ ਛੰਨਾ ਤੁੰਬਾ ਕੌਲ ਤੇ ਡੋਲੂ ਸ਼ਾਨ ਸੀ ਚੌਕੇ ਦੇ ਬੈਲ ਡੋਰ ਵਾਂਗ ਸੂ ਮਿਲਦੀ ਸੀ ਕੁੱਤਾ ਭੌਂਕੇ ਦੇ ਦਾਤਣ ਦੰਦਾਸਾ ਅਤੇ ਫਟਕੜੀ ਘਰ ਘਰ ਹੁੰਦੇ ਸੀ ਦੇਸੀ ਟੋਟਕੇ ਲਾਜ ਕਰਨ ਲਈ ਘਰ ਘਰ ਹੁੰਦੇ ਸੀ ਸੱਗੀ ਫੁੱਲ ਹਸ ਜੁੱਟ ਕੋਕਰੂ ਮਛਲੀ ਪਾ ਵੈਂਦੀ ਲੱਖਾਂ ਤਾਨੇ ਸਹੰਦੀ ਜੇ ਕਿਤੇ ਕਗਰਾ ਲਾ ਵੈਂਦੀ ਪੰਜਾਬ ਣਕ ਦੀ ਸੱਗੀ ਸੂਈ ਸਜੇ ਕਲਿੱਪਾਂ ਨਾਲ ਸੋਨੇ ਜਿਹੜੇ ਤਵੀਦ ਗਲੂਵੰਗ ਲੱਗਦੇ ਹਿੱਕਾਂ ਨਾਲ ਕੱਚੇ ਢਾਰੇ ਛੱਪਰ ਕੋਠੇ ਪਾਏ ਜਾਂਦੇ ਸੀ ਪੱਕਿਆਂ ਨੂੰ ਇਟ ਰੋੜੀ ਸ਼ਤੀਰ ਤੇ ਬਾਲੇ ਲਾਏ ਜਾਂਦੇ ਸੀ ਬੈਠ ਘਰਾਂਡਾ ਸੁਹਾਤ ਚਲਾਨੀ ਟਾਂਡ ਤੇ ਪਰਛੱਤੀ ਪੈਂਦਾ ਵੇੜੇ ਸ਼ੋਪਸੀ ਜਿਤ ਜਿਤ ਪੂਣੀ ਕੱਤੀ ਡਿੱਗੇ ਟੱਠੇ ਘਰ ਸੀ ਜਿਹੜੇ ਕਹਿਣ ਉਹਨਾਂ ਨੂੰ ਖੋਲੇ ਬੀਤਿਆਂ ਦੀ ਗੱਲ ਹੋਏ ਲੱਗਦੇ ਦਰਿਆ ਪਖੀਆਂ ਝੋਲੇ ਸਾਥ ਦਰਵਾਜ਼ਾ ਖੁੰਡ ਤੇ ਫਿਰਨੀ ਨਾਲ ਪਿਆਰ ਸੀ ਜਦੋਂ ਮੋਬਾਈਲ ਤੇ ਟੀਵੀ ਦੀ ਨਾ ਪਈ ਮਾਰ ਸੀ ਰਾਪਹਾ ਡੰਡੀ ਪਗ ਡੰਡੀ ਨਿਆਈ ਵਾਲੇ ਦੀ ਨਹਿਰ ਸੁਆ ਕੱਸੀ ਨਾਲਾ ਖਾਲਵਟ ਖਾਲੇ ਦੀ ਮੋਟਰ ਬੰਬੀ ਬੋਰ ਇੰਜਣ ਪਟਾ ਤੇਲ ਅਜ ਰस्सियां ਛਾਂਟ ਛਾਂਟ ਗੱਲਾਂ ਅਜੇ ਥੋੜੀਆਂ ਹੀ ਦਸੀਆਂ ਉਖੜੀ ਤੇ ਮੂળા ਬੱਕਲੀਆਂ ਪਏ ਕੁੱਟਦੇ ਤਾਜੀ ਸੁਹੀ ਮੱਝ ਮੂਰੇ ਸ਼ੌਂਕ ਨਾਲ ਸੁੱਟਦੇ ਕੁੰਡੇ ਸੋਟੇ ਨਾਲ ਕੁੱਟ ਕੇ ਮਸਾਲਾ ਲੌਣੇ ਤੜਕੇ ਗੁੰਮ ਗਈ ਸੂਣ ਬਸ ਰਹਿ ਗਏ ਝਾੜੂ ਰੜ ਕੇ ਗੋਲੇ ਚਿੱਕੂ ਵਾਲੇ ਕੁਝੇ ਸਾਹਮਣੇ ਦੇ ਸਮਾਨ ਸੀ ਸੱਬੇ ਲੋੜਾਂ ਸਾਰ ਦਿੰਦੀ ਲਾਲੇ ਦੀ ਦੁਕਾਨ ਸੀ ਇੰਨੀਆਂ ਕੋ ਗੱਲਾਂ ਪੁੱਤ ਯਾਦ ਰੱਖ ਲੈ ਚੇਤੇ ਦੀ ਪਟਾਰੀ ਵਿੱਚ ਸਾਹਮਣੇ ਰੱਖ ਲੈ ਰਹਿ ਗਈਆਂ ਜੋ ਕਦੇ ਫੇਰ ਸਮਝਾਉਂਗੀ ਵਿਰਸੇ ਦੀ ਨਿੱਗੀ ਗੋਦ 'ਚ ਬਿਠਾਉਂਗੀ ਕਹਿੰਦਾ ਮੰਮੀ ਹੁਣ ਭਲਾ ਕੀ ਹੋ ਗਿਆ ਸਾਰਾ ਕੁਝ ਸਾਡਾ ਇਹ ਕਿੱਥੇ ਖੋ ਗਿਆ ਫੇਰ ਮੈਂ ਜਵਾਬ ਦਿੱਤਾ ਸਾਡੇ ਵੇੜੇ ਪੁੱਤ ਇੱਕ ਆਈ ਸੀ ਤਰੱਕੀ ਵੇ ਹੁੰਜ ਕੇ ਹੀ ਲੈ ਗਈ ਚੁੱਲ੍ਹੇ ਚੌਂਕੇ ਅਤੇ ਚੱਕੀ ਵੇ ਮਤਲਬ ਲੋਕਾਂ ਇਹਦਾ ਪੁੱਠਾ ਕੱਢਿਆ ਭੇੜਚਾਲ ਹੋ ਗਈ ਸਭ ਪਿੱਛੇ ਛੱਡਿਆ ਦੂਜਿਆਂ ਦੇ ਵਿਰਸੇ ਤੇ ਜਣਾ ਖਣਾ ਢੁੱਲਿਆ ਕਾਂ ਚੱਲੇ ਹੰਸ ਚਾਲ ਆਪਣੀ ਵੀ ਭੁੱਲਿਆ ਆਓ ਸਾਂਭ ਲਈਏ ਆਪਾਂ ਵਿਰਸਾ ਸੋਗਾਤ ਨੂੰ ਸਿੱਧੂ ਕਦੇ ਭੁੱਲੀਏ ਨਾ ਆਪਣੀ ਔਕਾਤ ਨੂੰ ਸਿੱਧੂ ਕਦੇ ਭੁੱਲੀਏ ਨਾ ਆਪਣੀ ਔਕਾਤ ਨੂੰ ਧੰਨਵਾਦ ਹਵਾ ਕਿਸੇ ਪਾਸੇ ਦੀ ਵੀ ਚੱਲੇ ਧੂਆਂ ਤੁਹਾਡੇ ਵੱਲ ਹੀ ਕਿਉਂ ਆਉਂਦਾ ਹੈ ਕਦੇ ਸੋਚਿਆ ਅੰਗਿਠੀਆਂ ਲੱਗਣੀਆਂ ਬੰਦ ਹੋ ਗਈਆਂ ਨੇ ਲੇਕਿਨ ਹਵਾ ਕਿਸੇ ਪਾਸੇ ਦੀ ਵੀ ਹੋਵੇ ਧੂਆਂ ਤੁਹਾਡੇ ਵੱਲ ਹੀ ਕਿਉਂ ਆਉਂਦਾ ਇੱਕ ਸੱਤਰੀਆਂ ਨਜ਼ਮਾਂ ਦੇ ਵਿੱਚ ਅਹਿਮਦ ਨਦੀਮ ਕਾਸਮੀ ਇਹ ਵਲੀ ਗੱਲ ਲਿਖ ਰਿਹਾ ਹੈ ਪੈਂਟ ਦੇ ਬਟਨ ਖੁੱਲੇ ਹਨ ਸਟੇਜ ਤੋਂ ਉਤਰਨ ਵੇਲੇ ਹੀ ਕਿਉਂ ਪਤਾ ਲੱਗਦਾ ਤਰਕਾਲਾਂ ਵੇਲੇ ਦੀਵਾ ਤਾਂ ਮੈਂ ਹੀ ਬਾਲਨੀ ਆ ਉਹ ਤਾਂ ਮਸੀਤ ਗਏ ਹੁੰਦੇ ਨੇ ਇਸ ਦੇ ਵਿੱਚ ਮਾਂ ਨੂੰ ਔਰਤ ਨੂੰ ਕਿੰਨਾ ਵੱਡਾ ਦਰਜਾ ਦਿੱਤਾ ਕਦੇ ਸਮਝ ਕੇ ਦੇਖਿਆ ਜੇ ਤਰਕਾਲਾਂ ਵੇਲੇ ਦੀਵਾ ਤਾਂ ਮੈਂ ਹੀ ਬਾਲਨੀ ਆ ਉਹ ਤਾਂ ਮਸੀਤ ਗਏ ਹੁੰਦੇ ਨੇ ਤਾਂ ਹੁਣ ਇਸ ਦੇ ਵਿੱਚ ਜੋ ਕੁਝ ਮੈਂ ਗੁਸਤਾਖੀਆਂ ਕੀਤੀਆਂ ਜਾਂ ਸਾਡੇ ਕੋਲੋਂ ਹੋਈਆਂ ਉਹਨਾਂ ਦਾ ਸੰਕਲਨ ਕਰਕੇ ਸਾਇਦ ਨੂੰ ਦੱਸਣ ਦੇ ਲਈ ਮੈਂ ਗੁਰੂ ਜੀ ਨੂੰ ਪਿਆਰੇ ਬੱਚਿਓ ਬਹੁੜ ਬਹੁਤ ਵੱਡਾ ਫੈਲ ਜਾਂਦਾ ਹੈ ਦਿਸਦਾ ਪਰ ਉਹਦੇ ਪਿੱਛੇ ਜਿਹੜੀ ਸ਼ਕਤੀ ਹੈ ਉਦਿਆਂ ਜੜਾਂ ਦੀ ਹੈ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਕਿਸੇ ਵੀ ਰੁੱਖ ਦੀਆਂ ਜੜਾ ਉਸ ਦਾ ਵਿਰਸਾ ਹੁੰਦੀ ਹਨ ਸਾਡੀ ਸਭਤਾ ਵਿਕਾਸ ਕਰ ਰਹੀ ਹੈ ਸਦਾ ਹੀ ਸਭਤਾ ਵਿਕਾਸ ਕਰਦੀ ਹੈ ਪਰ ਜੇ ਜੜਾ ਨਾਲ ਜੁੜੇ ਰਹੀਏ ਤਾਂ ਉਹਦਾ ਇੱਕ ਆਨੰਦ ਆਪਣਾ ਹੀ ਹੁੰਦਾ ਹੈ ਅਸ਼wini ਜੀ ਨੇ ਬੀਬਾ ਜੀ ਨੇ ਕੋਸ਼ਿਸ਼ ਕੀਤੀ ਹੈ ਤੁਹਾਨੂੰ ਤੁਹਾਡੀਆਂ ਜੜਾਂ ਨਾਲ ਜੋੜਨ ਦੀ ਤਾਂ ਜੋ ਅੱਗੇ ਵਧਦੇ ਹੋਏ ਆਪਣੇ ਪਛੋਕੜ ਨੂੰ ਭੁੱਲ ਨਾ ਜਾਈਏ ਇਹ ਮੇਲੇ ਇਹ ਵਿਰਾਸਤੀ ਪ੍ਰੋਗਰਾਮ ਤੁਹਾਨੂੰ ਤੁਹਾਡੀਆਂ ਜੜਾਂ ਨਾਲ ਜੋੜਦੇ ਨੇ ਤੇ ਇਸ ਉਪਰਾਲੇ ਲਈ ਇੱਕ ਵਾਰੀ ਫੇਰ ਸੰਜੀਦਾ ਧੰਨਵਾਦ ਤੇ ਜਿਨ੍ਹਾਂ ਨੇ ਐਸੇ ਵਿਦਵਾਨ ਸਜੜਾ ਨਾਲ ਸਾਨੂੰ ਮਿਲਾਇਆ ਅੱਜ ਦਾ ਇਹ ਦੁਪਹਿਰ ਵਾਲਾ ਸੈਸ਼ਨ ਇਹਨਾਂ ਆਖਰ ਨਾਲ ਸਮਾਪਤ ਕਰਨ ਦੀ ਅਗਿਆ ਲੈਂਦਾ ਹੋਇਆ ਤੇ ਸ਼ਾਮ ਦੀਆਂ ਗੱਲਾਂ ਫਿਰ ਸ਼ਾਮ ਢਲੇ ਕਰਾਂਗੇ ਬਹੁਤ ਬਹੁਤ ਧੰਨਵਾਦ